ਸਤਸੰਗੇ ਸੁਮੁੱਤ ਖਾਨ ਇਹਨਾਂ ਸਾਰਿਆਂ ਨੇ ਕਰੀਬ 7000 ਫੌਜ ਇਕੱਠੀ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਪਿੱਛਾ ਕੀਤਾ। ਕਈ ਝੜਪਾਂ ਹੋਈਆਂ। ਆਖਿਰ ਬਾਬਾ ਬੰਦਾ ਸਿੰਘ ਬਹਾਦਰ 13 ਅਪ੍ਰੈਲ 1715 ਈਸਵੀ ਵਿੱਚ ਗੁਰਦਾਸ ਨਗਰ ਵਿੱਚ ਭਾਈ ਦੁਨੀ ਚੰਦ ਦੀ ਹਵੇਲੀ ਦੇ ਵਿੱਚ ਘੇਰੇਬੰਦੀ ਵਿੱਚ ਆ ਜਾਂਦਾ ਆ ਤੇ 8-9 ਮਹੀਨੇ ਘੇਰਾ ਪਿਆ ਰਹਿੰਦਾ। 8 ਮਹੀਨੇ ਸਾਧਸਾਂ ਦੀ ਘੇਰਾ ਰਹਿੰਦਾ ਆ। ਇਹਨਾਂ 8 ਮਹੀਨਿਆਂ ਵਿੱਚ ਸਿੰਘਾਂ ਨੇ ਤਕਲੀਫਾਂ ਕੱਟੀਆਂ, ਦੁੱਖ ਝੱਲਿਆ, ਪਰ ਸਾਧਸੰਗ ਡੋਲੇ ਨਹੀਂ, ਘਬਰਾਏ ਨਹੀਂ। ਜਦੋਂ ਰਸਤ ਮੁੱਕ ਗਈ, ਜਦੋਂ ਸਤਸੰਗ ਜੀ ਰਾਸ਼ਨ ਪਾਣੀ ਮੁੱਕ ਗਿਆ, ਦਰਖਤਾਂ ਦੇ ਛਿੱਲੜ ਖਾਧੇ, ਪੱਤੇ ਖਾਧੇ, ਜਦੋਂ ਵੀ ਮੁੱਕ ਗਿਆ, ਕਾਫ ਪੱਠਾ ਮੁੱਕ ਗਿਆ, ਘੋੜੇ ਸ਼ਹੀਦ ਹੋ ਗਏ, ਸਿੰਘਾਂ ਨੇ ਘੋੜਿਆਂ ਦਾ ਮਾਸ ਖਾਧਾ, ਇੱਥੇ ਹੀ ਬਸ ਨਹੀਂ। ਜਦੋਂ ਕਈ ਸਿੰਘ ਕਈ ਸ਼ਹੀਦ ਹੋ ਗਏ, ਸਿੰਘਾਂ ਨੇ ਇੱਕ ਦੂਜੇ ਨੂੰ ਆਪਣਾ ਮਾਸ ਵੀ ਖਵਾਇਆ। ਇਹ ਪਿਆਰ ਸੀਗਾ, ਇਹ ਸਮੇਂ ਦਾ ਸਤਸੰਗ ਜੀ ਚੱਕਰ ਸੀਗਾ। ਪਰ ਸਿੰਘ ਡੋਲੇ ਨਹੀਂ, ਘਬਰਾਏ ਨਹੀਂ, ਸੰਘਰਸ਼ ਕਰਦੇ ਰਹੇ। ਉਹ ਜਾਣਦੇ ਨੇ ਕਿ ਇਨਕਲਾਬ ਨਹੀਂ ਕਦੇ ਵੀ ਰੁਕ ਸਕਦਾ। ਇਹ ਨਹੀਂ ਪਤਾ ਕਦੋਂ ਤੁਰਥਲ ਪੈ ਜੇ, ਅਤਿਆਚਾਰ ਸਰਕਾਰੀ ਵੀ ਨਹੀਂ ਰਹਿਣਾ। ਇਹ ਨਹੀਂ ਪਤਾ ਕਿ ਕਦੋਂ ਕੋ ਥਲ ਪੈ ਜੇ, ਉਹ ਕੌਮ ਨਹੀਂ ਮਾਰਿਆ ਮੁੱਕ ਸਕਦੀ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜੇ। ਪੈਂਦਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ। ਆਖਿਰ ਸਤਸੰਗਤ ਜੀ, ਇਹ ਵੀ ਸਮਾਂ ਆਇਆ, ਦੋ ਜਥੇਦਾਰਾਂ ਦਾ ਆਪਸ ਵਿੱਚ ਮਤਭੇਦ ਹੋਇਆ। ਸੁਭਾਵਿਕ ਗੱਲ ਹੋ ਜਾਂਦਾ, ਕੋਈ ਗੱਡੀ ਵੱਡੀ ਗੱਲ ਨਹੀਂ। ਬਾਬਾ ਵਿਨੋਦ ਸਿੰਘ ਜੀ ਕਹਿੰਦੇ ਆਪਾਂ ਬਾਹਰ ਚੱਲੀਏ ਲੜਦੇ ਹੋਏ, ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨਹੀਂ, ਇੱਥੇ ਹੀ ਰਹਿ ਕੇ ਇੱਥੇ ਹੀ ਰਵਾਂਗੇ। ਆਖਿਰ ਸਤਸੰਗ ਜੀ ਫੈਸਲਾ ਹੁੰਦਾ, ਜਿਹੜਾ ਜਾਣਾ ਚਾਹੇ ਉਹ ਚਲਾ ਜਾਏ, ਬਾਹਰ ਵਿੱਚ ਜਾ ਕੇ ਪੰਥੀ ਚੜ੍ਹਦੀ ਕਲਾ ਵਿੱਚ ਕਾਰਜ ਕਰੇ, ਅਤੇ ਜਿਹੜਾ ਇੱਥੇ ਰਹਿ ਕੇ ਸ਼ਹੀਦ ਹੋਣਾ ਚਾਹੁੰਦਾ ਇੱਥੇ ਰਵੇ। ਬਾਬਾ ਵਿਨੋਦ ਸਿੰਘ ਜੀ ਆਪਣੇ ਨਾਲ ਦੇ ਸਿੰਘਾਂ ਨੂੰ ਲੈ ਕੇ ਮੁਗਲਾਂ ਨਾਲ ਲੜਦੇ ਹੋਏ ਦੂਰ ਨਿਕਲ ਗਏ, ਅਤੇ ਸਤਸੰਗ ਜੀ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਉਸ ਗੜੀ ਦੇ ਅੰਦਰ ਹੀ ਰਹੇ। ਆਖਿਰ ਸਤਸੰਗ ਜੀ ਦਸੰਬਰ ਮਹੀਨੇ ਵਿੱਚ 15 ਦਸੰਬਰ 1715 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਰਵਾਜ਼ਾ ਖੋਲ੍ਹ ਦਿੱਤਾ, ਕਿਉਂਕਿ ਅੰਦਰ ਸਿੰਘ ਭੁੱਖ ਦੇ ਹੱਥੋਂ ਇੰਨੇ ਜ਼ਿਆਦਾ ਲਾਚਾਰ ਹੋ ਚੁੱਕੇ ਸਨ, ਸੁੱਖ ਸੁੱਕ ਕੇ ਪਿੰਜਰ ਬਣ ਚੁੱਕੇ ਸੀਗੇ। ਆਖਿਰ ਫਿਰ ਇਹਨਾਂ ਫੌਜਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਦੇ ਸਾਥੀਆਂ ਤੇ ਅਟੈਕ ਕੀਤਾ। ਜਿਹੜੇ ਅਦਮੂਏ ਸਿੰਘ ਸੀ ਉਹਨਾਂ ਨੂੰ ਤਲਵਾਰਾਂ ਨਾਲ ਕਤਲ ਕਰ ਦਿੱਤਾ, ਸ਼ਹੀਦ ਕਰ ਦਿੱਤਾ। ਢਿੱਡ ਪਾੜ ਪਾੜ ਕੇ ਵੇਖਦੇ ਨੇ ਕਿ ਸਿੰਘਾਂ ਦੇ ਪੇਟ ਵਿੱਚ ਕਿਤੇ ਮੋਹਰਾਂ ਨਾ ਹੋਣ, ਸਾਰੀ ਗੜੀ ਉਹਨਾਂ ਪੁੱਟ ਮਾਰੀ, ਕਿਤੇ ਖਜ਼ਾਨੇ ਕਿੱਥੇ ਦੱਬੇ ਨੇ ਕੁਝ ਨਹੀਂ ਜੇ ਲੱਭਿਆ। ਤੇ ਸਤਸੰਗ ਜੀ 200 ਬੰਦੇ ਡਾਕਟਰ ਗੰਡਾ ਸਿੰਘ ਜੀ ਪਦਮ ਵਿਭੂਸ਼ਣ ਉਹਨਾਂ ਦੇ ਅਨੁਸਾਰ ਉਹਨਾਂ ਉਰਦੂ ਦੇ ਫਾਰਸੀ ਦੇ ਸਰੋਤਾਂ ਦਾ ਉਲੱਥਾ ਕੀਤਾ, ਪੰਜਾਬੀ ਅਨੁਵਾਦ ਕੀਤਾ, ਤੇ ਉਹਨਾਂ ਲਿਖਿਆ ਕਿ ਇਹਦੇ 200 ਬੰਦੇ ਕੇਵਲ 200 ਸਿੰਘ ਤੋਂ ਗ੍ਰਿਫਤਾਰ ਹੁੰਦੇ ਨੇ। 200 ਸਿੰਘਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੂੰ ਲੈ ਕੇ ਜਕਰੀਆ ਖਾਨ, ਕਰਮੋਦੀਨ ਤੇ ਸੁਮਤ ਖਾਨ ਲਾਹੌਰ ਪਹੁੰਚਦੇ ਨੇ। ਲਾਹੌਰ ਵਿੱਚੋਂ ਹੀ ਸੁਨੇਹਾ ਭੇਜਿਆ ਜਾਂਦਾ ਹੈ ਉਸ ਵਕਤ ਦੇ ਬਾਦਸ਼ਾਹ ਫਰਕਸ਼ੀਅਰ ਨੂੰ ਕਿ ਕੀ ਕੀਤਾ ਜਾਏ, ਇਹਨੂੰ ਇੱਥੇ ਹੀ ਕਤਲ ਕਰ ਦਈਏ ਜਾਂ ਦਿੱਲੀ ਲੈ ਕੇ ਆਈਏ। ਫਰਕਸ਼ੀਅਰ ਸੁਣ ਕੇ ਬੜਾ ਖੁਸ਼ ਹੋਇਆ ਕਿ ਬੰਦਾ ਸਿੰਘ ਬਹਾਦਰ ਫੜਿਆ ਗਿਆ, ਜਿਹਨੂੰ ਫੜਨ ਵਾਸਤੇ ਮੇਰੇ ਤੋਂ ਪਹਿਲਾਂ 2 ਬਾਦਸ਼ਾਹ ਜਿਹੜੇ ਸਮਾਪਤ ਹੋ ਗਏ। ਬਹਾਦਰ ਸ਼ਾਹ ਝੱਲਾ ਹੋ ਕੇ ਮਰਿਆ, ਸਦਾਈ ਹੋ ਕੇ ਪਾਗਲ ਹੋ ਕੇ ਮਰਿਆ ਸੀ ਬੰਦਾ ਸਿੰਘ ਬਹਾਦਰ ਤੋਂ ਡਰ ਕੇ। ਤੇ ਸਤਸੰਗ ਜੀ ਫਿਰ ਹੁਣ ਫਰਕਸ਼ੀਅਰ ਕਹਿੰਦਾ ਉੱਥੇ ਨਾ ਮਾਰੋ, ਇੱਥੇ ਲਿਆਓ, ਦੁਨੀਆ ਤਮਾਸ਼ਾ ਵੇਖੇਗੀ ਕਿ ਜਿਹੜੇ ਹੈ ਬਾਦਸ਼ਾਹ ਦੇ ਨਾਲ ਟਕਰਾਂਦੇ ਉਹਨਾਂ ਦਾ ਕੀ ਹਾਲ ਹੁੰਦਾ ਹੈ। ਲਓ ਜੀ ਇਹ ਕਾਫਲਾ ਤੁਰਨ ਲੱਗਿਆ। ਕਰਮੋਦੀਨ ਨੇ ਆਖਿਆ, ਕਰਮੋਦੀਨ ਜਿਹੜਾ ਚੱਕੜੀਆ ਖਾਨ ਦਾ ਸਾਲਾ ਆ, ਉਹਨੇ ਆਖਿਆ ਕਿ ਗੱਲ ਕਹਾਂ, ਕਹਿੰਦੇ ਦੱਸੋ, ਕਹਿੰਦੇ ਜੇ 200-250 ਬੰਦੇ ਲੈ ਕੇ ਦਿੱਲੀ ਗਏ, ਕਹਿੰਦੇ ਸਾਡੇ ਛਿੱਤਰ ਬੜਾ ਫਿਰਨ ਆਇਆ। ਕਿਉਂ? ਕਹਿੰਦੇ ਫਰਕਸ਼ੀਅਰ ਬਾਦਸ਼ਾਹ ਨੇ ਕਹਿਣਾ, ਕਹਿੰਦੇ ਤੁਸੀਂ 60,000 ਫੌਜ ਲੈ ਕੇ 7-8 ਮਹੀਨੇ ਘੇਰਾ ਪਾ ਕੇ ਰੱਖਿਆ, 13-300 ਬੰਦਿਆਂ ਵਾਸਤੇ, 200-300 ਬੰਦਿਆਂ ਵਾਸਤੇ, ਸਾਡੀ ਬੇਇੱਜ਼ਤੀ ਬੜੀ ਹੋਣੀ ਹੈ। ਫਿਰ ਜਕੜੀਆ ਖਾਨ ਕਹਿੰਦਾ ਕੀ ਕੀਤਾ ਜਾਏ, ਕਹਿੰਦੇ ਗਿਣਤੀ ਵਜਾਈ ਜਾਏ। ਉਦੋਂ
ਪਹਿਲਾ ਘੱਲੂ ਘਾਰਾ ਵਾਪਰਦਾ। ਇਹਨਾਂ ਕੀ ਕੀਤਾ, ਰਾਹ ਵਿੱਚ ਜਾਂਦੇ ਜਿੰਨੇ ਵੀ ਸਿੱਖਾਂ ਦੇ ਪਿੰਡ ਸੀ ਸਾਰੇ ਉਜਾੜ ਦਿੱਤੇ। ਜਿੱਥੇ ਵੀ ਕੋਈ ਸਿੰਘ ਲੱਗਿਆ ਲੰਬਿਆ, ਨਾ ਉਹ ਤੋਂ ਪੁੱਛਿਆ ਗਿਆ ਸਤਸੰਗ, ਨਾ ਉਹਦਾ ਕੋਈ ਕਸੂਰ ਵੇਖਿਆ ਗਿਆ, ਕਤਲ ਕਰ ਦਿੱਤਾ ਗਿਆ, ਸਿਰ ਵੱਢ ਦਿੱਤੇ। ਤੇ ਸਤਸੰਗ ਜੀ ਇਕੱਲੇ ਬੰਦੇ ਨੇ, ਬੀਬੀਆਂ ਦੇ ਸਿਰ ਵੀ ਵੱਢੇ। ਤੇ ਇਹ ਕਹਿ ਕੇ ਕਹਿ ਦਿਆਂਗੇ ਵੀ ਹਜੇ ਦਾੜੀਆ ਸਿੱਖ ਹੈ, ਅਜੇ ਥੋੜੀ ਉਮਰ ਦਾ ਆ। ਤੇ ਇਹ ਭੁਲੇਖਾ ਪਾਉਣ ਵਾਸਤੇ ਉਹਨਾਂ ਬੀਬੀਆਂ ਦੇ ਸਿਰ ਵੀ ਵੱਢ ਲਏ। ਲਓ ਜੀ ਵੱਡਾ ਕਾਫਲਾ ਬਣ ਗਿਆ। ਹੁਣ ਉਹਨਾਂ ਨੇ 2000 ਸਿੰਘ ਸਿੰਘਾਂ ਦੇ ਸਿਰ ਨੇਜਿਆਂ ਤੇ ਟੰਗੇ, 700 ਗੱਡੇ ਸਿੰਘਾਂ ਦੇ ਸਿਰਾਂ ਦੇ ਲੱਦ ਲਏ। ਅੰਦਾਜ਼ਾ ਲਾ ਲਓ ਕਿੰਨੇ ਸਿੰਘ ਸ਼ਹੀਦ ਹੋਏ ਹੋਣਗੇ। ਤੇ ਸਤਸੰਗ ਜੀ 740 ਦੇ ਕਰੀਬ ਜਿਉਂਦਾ ਫੜੇ ਸਿੰਘ, ਉਹਨਾਂ ਨੂੰ ਗ੍ਰਿਫਤਾਰ ਕਰਕੇ ਦੋ ਦੋ ਨੂੰ ਇੱਕ ਇੱਕ ਊਠ ਤੇ ਬੰਨਿਆ ਹੋਇਆ ਜੇ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀ ਦੇ ਉੱਤੇ ਪਿੰਜਰਾ ਫਿੱਟ ਕਰਕੇ ਤੇ ਉਹਦੇ ਵਿੱਚ ਕੈਦ ਕੀਤਾ ਹੋਇਆ, ਨਾਲ ਦੋ ਤਲਵਾਰਾਂ ਵਾਲੇ ਸਤਸੰਗ ਨਵੀਂ ਲੰਗੀ ਤਲਵਾਰਾਂ ਲੈ ਕੇ ਖੜੇ ਨੇ ਕਿ ਜੇ ਕਿਤੇ ਜਾਦੂ ਟੋਣੇ ਨਾਲ ਪਿੰਜਰਾ ਉਡਾਲੇ ਤੇ ਉਸੇ ਵੇਲੇ ਤਲਵਾਰ ਮਾਰ ਦਿਓ। ਇਸ ਤਰਤੀਬ ਦੇ ਨਾਲ ਇਹ ਕਾਫਲਾ ਲਾਹੌਰ ਤੋਂ ਦਿੱਲੀ ਨੂੰ ਜਾ ਰਿਹਾ ਹੈ। ਆਓ ਇੱਕ ਵਾਰ ਦਰਸ਼ਨ ਕਰੀਏ ਸ਼ਹੀਦੀ ਕਾਫਲੇ ਦੇ। ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦੀਆਂ ਦੇਣ ਵਾਸਤੇ ਜਿਵੇਂ ਦਿੱਲੀ ਨੂੰ ਜਾ ਰਹੇ ਨੇ, ਢਾਡੀ ਜਾਂਦਾ ਹੈ
ਬਾਦਸ਼ਾਹੀ ਸਿੱਖ ਕੌਮ ਮਰਜੀ ਬੜੇ ਯੋਧਿਆਂ ਦੀ ਇਹਦੇ ਤੋਂ ਕੁਝ ਵੱਖਰੇ ਢੰਗ ਦੇ ਲੋਕੀ ਭੀਖ ਮੰਗਦੇ ਰੱਬ ਤੋਂ ਜ਼ਿੰਦਗੀ ਦੀ ਤੇ ਜੂਝ ਮਰਨ ਦਾ ਵਾਰੇ ਮੰਗਦੇ ਨੇ ਅਣਖੀ ਨਾਂ ਦੀ ਜਿਹੜੇ ਵੰਗਾਰਦੇ ਨੇ ਉਹਨੂੰ ਡੰਗ ਦੇ ਵਾਂਗ ਪੁਜੰਗਦੇ ਨੇ ਪੈਰੀ ਤਾਈ ਦਿਖਾਉਂਦੇ ਤਾਰੇ ਜਦੋਂ ਜੂਝ ਦੇ ਵਿੱਚ ਜਾ ਜੰਗਦੇ ਇਤਿਹਾਸ ਦਾ ਸਤਿਕਾਰ ਕਰਦੇ ਗੁਰੂ ਕੀਆ ਸੰਗਤਾਂ ਵੱਲੋਂ ਕੀਰਤਨ ਭੇਟ ਮਾਇਆ ਭੇਜੀ ਜਾ ਰਹੀ ਹੈ ਸਤਿਗੁਰ ਬਰਕਤ ਪਾਣ ਸਤਿਕਾਰਯੋਗ ਸਰਦਾਰ ਸਤਵਿੰਦਰ ਸਿੰਘ ਜੀ ਚਾਵਲਾ ਸਾਹਿਬ ਉਹਨਾਂ ਨੂੰ ਬੇਨਤ ਮਾਇਆ ਦੇ ਗੱਫੇ ਭੇਜੇ ਗਏ ਨੇ ਸਤਿਕਾਰਯੋਗ ਅਮਨਦੀਪ ਸਿੰਘ ਜੀ ਅਭਿਆਣਾ ਉਹਨਾਂ ਵੱਲੋਂ ਮਾਨ ਸਤਿਕਾਰ ਬੇਨਤ ਮਾਇਆ ਭੇਜੀ ਗਈ ਹੈ ਬਹੁਤ ਹੀ ਸਤਿਕਾਰਯੋਗ ਸਰਦਾਰ ਚੰਚਲ ਸਿੰਘ ਜੀ ਮੱਕੜ ਸਾਹਿਬ ਉਹਨਾਂ ਵੱਲੋਂ ਬੇਨਤ ਮਾਇਆ ਭੇਜੀ ਗਈ ਅਸਥਾਨਾਂ ਦੇ ਮੁੱਖ ਸੇਵਾਦਾਰ ਮਹੰਤ ਜੀ ਸਤਿਕਾਰਯੋਗ ਸਿੰਘ ਸਾਹਿਬ ਜਹੇਦਾਰ ਬਾਬਾ ਹਰਨੇਕ ਸਿੰਘ ਜੀ ਉਹਨਾਂ ਵੱਲੋਂ ਬੇਅੰਤ ਗੱਫੇ ਮਾਇਆ ਦੇ ਭੇਜੇ ਗਏ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਮਾਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀ ਤੇ ਬਹਾਇਆ ਹੋਇਆ ਲਾਲ ਰੰਗ ਦੀ ਪੋਸ਼ਾਕ ਪਹਿਨਾਈ ਆ ਮਜ਼ਾਕੀਆ ਬਣਾਉਣ ਵਾਸਤੇ ਤੇ ਉੱਤੇ ਨੋਕ ਦਾ ਟੋਪੀ ਸਿਰ ਤੇ ਦੇਈ ਗਈ ਹੈ ਤਾਂ ਕਿ ਲੋਕ ਉਹਨੂੰ ਵੇਖ ਕੇ ਹੱਸਣ ਤੇ ਲੋਕ ਜਿਹੜੇ ਬੰਦਾ ਸਿੰਘ ਬਹਾਦਰ ਤੋਂ ਥੜ ਥੜ ਕੰਬਦੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੀ ਮੁਗਲੀਆ ਬਾਦਸ਼ਾਹ ਤੇ ਕਿੰਨੀ ਤਾਕਤ ਵਾਲੀ ਹੈ ਜਿਹਨੇ ਬੰਦਾ ਸਿੰਘ ਬਹਾਦਰ ਨੂੰ ਫੜ ਲਿਆ ਇਸ ਕਾਫਲੇ ਨਾਲ ਉਹਨਾਂ ਨੇ ਇੱਕ ਬਿੱਲੀ ਵੀ ਮਾਰ ਕੇ ਸਾਧ ਸੰਗਤ ਜੀ ਨੇ ਜਿਹੜੇ ਟੰਗੀ ਹੋਈ ਹੈ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਅਸੀਂ ਬੰਦਾ ਸਿੰਘ ਬਹਾਦਰ ਨੂੰ ਏਦਾਂ ਮਾਰ ਲਿਆ ਜਿਵੇਂ ਬਿੱਲੀ ਨੂੰ ਮਾਰੀਦਾ ਆ ਪਰ ਸਤਸੰਗ ਇਹ ਤੇ ਦੁਨੀਆ ਜਾਣਦੀ ਹੈ ਵੀ 300
ਸਿੰਘਾਂ ਨੂੰ ਫੜਨ ਵਾਸਤੇ ਮਾਰਨ ਵਾਸਤੇ ਤੁਸੀਂ 8 ਮਹੀਨੇ ਘੇਰਾ ਪਾ ਕੇ ਰੱਖਿਆ, ਕੋਈ ਮਰਦਾਂ ਵਾਲੀ ਗੱਲ ਥੋੜਾ ਹੈ। ਪਰ ਸਤਸੰਗਤ ਜੀ, ਉਹਨਾਂ ਦੇ ਆਪਣੇ ਖਿਆਲਾਤ ਸੀਗੇ। ਲਓ ਜੀ, ਇਹ ਕਾਫਲਾ ਦਿੱਲੀ ਪਹੁੰਚਦਾ ਹੈ। ਜਿਸ ਵਕਤ ਸਤਸੰਗਤ ਜੀ, ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੂੰ ਦਿੱਲੀ ਲਿਜਾਇਆ ਜਾਂਦਾ ਹੈ, ਤ੍ਰਿਪੋਲੀਆ ਜੇਲ੍ਹ ਦੇ ਵਿੱਚ ਉਹਨਾਂ ਨੂੰ ਕੈਦ ਕੀਤਾ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨਾਲ ਦੇ 25 ਕੁ ਸਿੱਖ ਉਹ ਵੱਖਰੇ ਰੱਖੇ ਜਾਂਦੇ ਨੇ, ਬਾਕੀ ਸਿੰਘਾਂ ਨੂੰ ਵੱਖਰਾ। ਅਤੇ ਇਸ ਕਾਫਲੇ ਦੇ ਵਿੱਚ ਇੱਕ ਬੀਬੀ ਵੀ ਹੈ ਜਿਹਦਾ ਨਾਮ ਹੈ ਬੀਬੀ ਸੁਸ਼ੀਲ ਕੌਰ, ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਸਿੰਘਣੀ ਹੈ। ਉਹਨਾਂ ਦਾ 4 ਕੁ ਸਾਲਾਂ ਦਾ ਪੁੱਤਰ ਅਜੈ ਸਿੰਘ ਵੀ ਇਸ ਕਾਫਲੇ ਦੇ ਵਿੱਚ ਹੈ।